एक जवान मां दा पुत लवप्रीत सिंह लाडी जो दुनिया नूं अलविदा कह गया, जिस दे जान तो बाद सोशल मीडिया दे उत्ते लगातार बेअंत कौर नूं ट्रोल कीता जा रहा है ते बेअंत कौर दे खिलाफ अपनी पड़ास कड्डी जा रही है। वक-वक कंट्रियां तों वक-वक जिलियां तों अते वक-वक थावां तों सोशल मीडिया दे उत्ते पोस्टां पाईयां जा रहीयां ने, जिस दे उपर बेअंत कौर नूं सवाल पुछे जा रहे ने कि बेअंत कौर दे वल्लों अजिहा की कीता गया जिस दे कारण लाडी खुदकुशी कर गया। ते दूजे पासे बेअंत कौर दे वल्लों इह सफाई दित्ती जा रही है कि लाडी दी मौत जो है नैचुरल तरीके दे नाल हुई, यानी कि हार्ट अटैक दे नाल हुई। सोशल मीडिया दे उत्ते लगातार बेअंत कौर नूं ट्रोल कीता जा रहा है ते वक-वक पोस्टां पाईयां जा रहीयां ने जो कि खूब वायरल भी हो रहीयां ने, लोकां दे वल्लों सवाल पुछे जा रहे ने। तुसीं वी सुणो सोशल मीडिया दे राही बेअंत कौर नूं की सवाल पुछे जा रहे ने। पहलां किसी दा 25 लाख लवा के पुत मरवाता ते हुण टीवी चैनलां ते आ के हंझू कढ़ी जाणे जां किसी नूं फोन करके कही जाणा भी मेरे तों 25 दा भी 30 लाख लै लो पर मैनूं डिपोर्ट ना होण दिओ। पर भारोवाल साहब जे तुहाडी इहदे नाल गल हुंदी आ तां इहनूं 7-8 सवालां दे जवाब जरूर पुछिओ। ਵੀ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ 4 ਲਾਵਾਂ ਲਈਆਂ ਸੀ ਕਿ ਉਦੋਂ 30 ਲੱਖ ਯਾਦ ਨਹੀਂ ਆਇਆ? ਜਦੋਂ ਉਹਨਾਂ ਨੇ ਏਅਰਪੋਰਟ ਤੋਂ ਇੱਧਰ ਨੂੰ ਚਾੜੀ ਸੀ ਕਿ ਉਦੋਂ 30 ਲੱਖ ਯਾਦ ਨਹੀਂ ਆਇਆ? ਜਦੋਂ ਇੱਧਰ ਏਅਰਪੋਰਟ 'ਤੇ ਆ ਕੇ ਚੂੜਾ ਬੈਗ ਦੇ ਵਿੱਚ ਪਾ ਲਿਆ ਕਿ ਉਦੋਂ 30 ਲੱਖ ਯਾਦ ਨਹੀਂ ਆਇਆ? ਜਦੋਂ ਲਵਪ੍ਰੀਤ ਨੂੰ ਭੁੱਲ ਕੇ ਇੱਧਰ ਨਵੇਂ ਖਸਮ ਬਣਾ ਲਿਆ ਉਦੋਂ 30 ਲੱਖ ਲੱਗਾ ਯਾਦ ਨਹੀਂ ਆਇਆ? ਜਦੋਂ ਉਹਨੇ ਤੈਨੂੰ ਮੈਸੇਜ ਕੀਤੇ ਵੀ ਮੈਨੂੰ ਫੋਨ ਭੇਜ ਦੇ ਕਿ ਉਦੋਂ 30 ਲੱਖ ਯਾਦ ਨਹੀਂ ਆਇਆ? ਜਦੋਂ ਉਹਨੇ ਤੈਨੂੰ ਮੈਸੇਜ ਕੀਤੇ ਵੀ ਮੈਨੂੰ ਵੀਡੀਓ ਕਾਲ 'ਤੇ ਡਾਲਰ ਹੀ ਦਿਖਾ ਦੇ ਉਦੋਂ 30 ਲੱਖ ਯਾਦ ਨਹੀਂ ਆਇਆ? ਜਦੋਂ ਉਹਨੇ ਤੈਨੂੰ ਕਿਹਾ ਵੀ ਮੈਂ ਖੁਦਕੁਸ਼ੀ ਕਰਨ ਲੱਗਾ ਉਦੋਂ ਕੰਗ੍ਰੈਚੁਲੇਸ਼ਨ ਭੇਜਤਾ ਉਦੋਂ 30 ਲੱਖ ਯਾਦ ਨਹੀਂ ਆਇਆ? ਹਾਂਜੀ, ਇਹ ਬੀਬੀ ਸ਼ਾਇਦ ਮੋਗੇ ਦੀ ਆ। ਕੱਲ੍ਹ ਪਰਸੋਂ ਦੀ ਬੜੀ ਵੀਡੀਓ ਵਾਇਰਲ ਹੋ ਰਹੀ ਆ ਬੇਅੰਤ ਕੌਰ ਦੇ ਹੱਕ ਦੇ ਵਿੱਚ ਵੀ ਤੁਸੀਂ ਕੁੜੀਆਂ ਨੂੰ ਕਹਿੰਦੇ ਵੀ ਸਾਡੇ ਨਾਲ ਸਾਰੀ ਰਾਤ ਗੱਲ ਕਰ, ਮੁੰਡੇ ਤੋਂ ਬੈਂਡ ਨਹੀਂ ਲੈ ਹੁੰਦੇ ਇੱਦਾਂ ਉੱਦਾਂ। ਦੇਖੋ ਬੀਬੀ ਜੀ, ਜਿਨ੍ਹਾਂ ਨੇ 25-30 ਲੱਖ ਰੁਪਈਆ ਲਾ ਕੇ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ 4 ਲਾਵਾਂ ਲੈ ਕੇ ਇੱਧਰ ਭੇਜੀ ਹੋਵੇ ਉਹਦਾ ਪੂਰਾ ਹੱਕ ਵੀ ਹੁੰਦਾ ਗੱਲ ਕਰਨ ਦਾ। ਇਹ ਉੱਦਾਂ ਹੀ ਨਹੀਂ ਕਿਸੇ ਦੇ ਘਰੋਂ ਕੁੜੀ ਚੱਕ ਕੇ ਇੱਧਰ ਨੂੰ ਭੇਜ ਦਿੰਦੇ, ਵਿਆਹ ਕਰਾ ਕੇ ਤਾਂ ਫਿਰ ਭੇਜਦੇ ਆ। ਅਤੇ ਦੂਸਰੀ ਗੱਲ, ਸਿਰ ਮੈਂ ਇੱਦਾਂ ਦੀ ਕੁੜੀਆਂ ਦੀ ਗੱਲ ਕਰਨ ਲੱਗਾ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਹ ਇੱਧਰ ਆ ਕੇ ਨਿੱਤ ਨਵੇਂ ਯਾਰ ਬਣਾਉਣ, ਉਹਨਾਂ ਨਾਲ ਰਹਿਣ ਜਾਂ ਗੱਲਾਂ ਕਰਨ, ਉਹਨਾਂ ਉਹ ਮਨਜ਼ੂਰ ਆ ਅਤੇ ਜਿਹਦਾ ਹੱਕ ਬਣਦਾ, ਅਤੇ ਤੁਸੀਂ ਉਹ ਕਹਿੰਦੇ ਵੀ ਉਹ ਗੱਲ ਵੀ ਨਾ ਕਰੇ। ਦੂਸਰੇ ਪਾਸੇ ਤੁਸੀਂ ਕਹਿੰਦੇ ਵੀ ਮੁੰਡੇ ਵਾਲੇ ਬੈਂਡ ਨਹੀਂ ਲੈਂਦੇ, ਜੇ ਬੈਂਡ ਨਹੀਂ ਲੈਂਦੇ ਤਾਂ ਅਗਲੇ 25-30 ਲੱਖ ਰੁਪਈਆ ਵੀ ਲਾਉਂਦੇ ਆ, ਅਗਲੇ ਗਿਰ ਕੇ ਜਾਂ ਹੱਥ ਜੋ ਸੀ ਪਤੀ ਆਪਣਾ ਛੱਡੀ ਫਿਰਦੀ ਆਹ ਲੰਡੂ ਪਿੱਛੇ ਲੱਗੀ ਫਿਰਦੀ, ਪਹਿਲਾਂ ਸੀ ਮਰਵਾ ਕੇ ਇੰਡੀਆ ਦੂਜਾ ਯਾਰ ਬਣਾਇਆ ਏ, ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲਯੁਗ ਆਇਆ ਏ। ਕੱਲ ਪਰਸੋਂ ਦੀ ਇਹ ਇੰਟਰਵਿਊ ਹੰਝੂ ਕੱਢਣ ਦੇ ਸੀ ਵੀ ਮੈਨੂੰ ਕੋਈ ਸਬੂਤ ਦਿਖਾਓ। ਖੈਰ ਆਹ ਸਬੂਤ ਵੀ ਆ ਗਿਆ, ਹੁਣ ਕੁਛ ਕਹਿਣ ਦੀ ਲੋੜ ਨਹੀਂ। ਹੁਣ ਲੋਕੀ ਆਹ ਮੁੰਡੇ ਦੀਆਂ ਪੋਸਟਾਂ ਪਾਈ ਜਾਂਦੇ ਆ, ਸ਼ਾਇਦ ਇਹਦਾ ਨਾਂ ਰਵਦੀਪ ਆ, ਵੀ ਇਹ ਇਹਦੇ ਨਾਲ ਰਹਿ ਰਿਹਾ ਸੀ, ਇਹਦੀਆਂ ਆ ਕੇ ਪੋਸਟਾਂ ਪਾ ਕੇ ਇਹਨੂੰ ਬਦਨਾਮ ਕਰੋ ਤਾਂ ਇਹਨੂੰ ਡਿਪੋਰਟ ਕਰਾਓ। ਪਹਿਲੀ ਗੱਲ, ਜਿਹੜਾ ਉੱਥੇ ਲਵਪ੍ਰੀਤ ਕਿਸੇ ਮਾਂ ਦਾ ਪੁੱਤ ਮਰਿਆ, ਉਹ ਇਸ ਮੁੰਡੇ ਕਰਕੇ ਮਰਿਆ ਕਿ ਇਸ ਆਹ ਬੇਅੰਤ ਕੌਰ ਕਰਕੇ ਮਰਿਆ? ਉਹ ਇਹਦੀਆਂ ਮਿਹਨਤਾਂ ਕੁੜੀ ਦੀਆਂ ਪਾਉਂਦਾ ਸੀ ਚੈਟ ਦੇ ਵਿੱਚ ਕਿ ਇਹਨੇ ਮੁੰਡੇ ਦੀਆਂ ਪਾਉਂਦਾ ਸੀ? ਜਿਹਦੇ ਨਾਲ ਇਹ ਰਹਿੰਦੀ ਆ ਇਹਨੂੰ ਨਹੀਂ ਪਤਾ ਰਹਿਣ ਲੱਗਿਆ? ਇਹਨੂੰ ਬੈਗ 'ਚ ਰੱਖਿਆ ਚੂੜਾ ਨਹੀਂ ਯਾਦ ਆਇਆ? ਉਹਨਾਂ ਦਾ 30 ਲੱਭੀ ਮੈਂ ਕਿਸੇ ਦਾ 30 ਲੱਖ ਲਵਾ ਕੇ ਕੋਈ ਮੁੰਡਾ ਮੇਰੀ ਘਰ ਵਾਲਾ ਉੱਥੇ ਉਡੀਕ ਕਰ ਰਿਹਾ ਇਹਦੀ, ਤਾਂ ਹੁਣ ਲੋਕ ਇਹ ਮੁੰਡੇ ਦਾ ਕੀ ਕਸੂਰ ਬਈ? ਦੋ ਉਦਾਹਰਨਾਂ ਦੇਣ ਲੱਗਾ ਪਿੰਡ ਵਰਗੀਆਂ ਮੋਟੀਆਂ ਮੋਟੀਆਂ ਜਿਹਨੇ ਸਮ ਇਸ ਕੁੜੀ ਨੇ ਵਾਕਈ ਗਲਤ ਕੀਤਾ, ਸ਼ੁਰੂ ਤੋਂ ਹੀ ਗਲਤ ਲੱਗਦੀ ਸੀ ਅਤੇ ਹੁਣ ਤਾਂ ਗਲਤੀ ਸਾਹਮਣੇ ਆਈ ਕਿ ਆਪਣੇ ਮਾਂ ਬਾਪ ਦੇ ਨਾਲ ਰਲ ਕੇ ਉਹਨਾਂ ਦੀ ਵੀ ਬਦਨਾਮੀ ਕਰਾਤੀ। ਉਹ ਵਿਚਾਰੇ ਰੋਈ ਜਾਂਦੇ ਆ, ਉਹ ਵੀ ਵਿਚਾਰੇ ਕੀ ਪਤਾ ਹੀ ਹੋਣਾ ਵੀ ਆਹ ਕੁਛ ਕਰਨਾ ਹੈ ਸਾਡੀ ਕੁੜੀ ਨੇ, ਅਤੇ ਰਲੇ ਮਿਲੇ ਸਾਰਿਆਂ ਦੀ ਭੁਗਤ ਸੀਗੀ ਜੋ ਕਿ ਤੁਸੀਂ ਸਾਰਿਆਂ ਨੇ ਕਰ ਲਈ, ਪਰ ਮਿਲਿਆ ਤੈਨੂੰ ਵੀ ਕੱਖ ਨਹੀਂ। ਆ ਜਿਹੜਾ ਤੇਰੇ ਨਾਲ ਫੋਟੋ ਕਰਾਈ ਹੈ ਨਾ, ਇਹਨੇ ਵੀ ਤੇਰਾ ਸਾਥ ਨਹੀਂ ਦੇਣਾ, ਕਿਉਂਕਿ ਬਦਨਾਮੀ ਇਹਦੇ ਵੀ ਨਾਲ ਹੀ ਹੋਊਗੀ, ਪਿੰਡ ਦਾ ਨਾਮ ਨਾਲ ਹੀ ਵੱਜਦਾ ਇਹਦਾ ਵੀ। ਸੋ ਕੀ ਖੱਟਿਆ ਤੂੰ ਇੱਕ ਜਣੇ ਦੀ, ਇੱਕ ਤਾਂ ਜ਼ਿੰਦਗੀ ਪੂਰੀ ਚਲੀ ਗਈ ਅਤੇ ਨਾਲ ਹੋਰ ਖਣੀ ਕਿੰਨਿਆਂ ਦੀ ਜ਼ਿੰਦਗੀ ਨੂੰ ਤੂੰ ਖਰਾਬ ਕਰਤਾ। ਪਰ ਇੱਕ ਗੱਲ ਇਹ ਆ ਕਿ ਲਵਪ੍ਰੀਤ ਦੀ ਮੌਤ ਨਾਲ ਹੋਰ ਕਈਆਂ ਨੂੰ ਮੈਨੂੰ ਲੱਗਦਾ ਇਨਸਾਫ ਜ਼ਰੂਰ ਮਿਲ ਜੂਗਾ। ਉਹ ਤਾਂ ਵਿਚਾਰਾ ਚਲਾ ਗਿਆ ਪਰ ਹਿੰਮਤ ਜੁਟਾ ਗਿਆ, ਉਹਨਾਂ ਦੇ ਪਰਿਵਾਰ ਨੇ ਇੰਨੀ ਹਿੰਮਤ ਕੀਤੀ ਕਿ ਅੱਜ ਬਹੁਤ ਸਾਰੇ ਪਰਿਵਾਰ ਇਸ ਦਲਦਲ ਦੇ ਵਿੱਚ ਫਸੇ, ਅੱਜ ਬਾਹਰ ਨਿਕਲੇ ਨੇ, ਕਿਸੇ ਇੱਕ ਨੇ ਹਿੰਮਤ ਕੀਤੀ ਅਤੇ ਅੱਜ ਸਾਰਾ ਪੰਜਾਬ ਹੀ ਦੇਖ। ਉਦੋਂ ਬਾਅਦ ਕਿਵੇਂ ਕਹਿ ਦਿੰਦੀਆਂ ਨੇ ਸਾਡਾ ਟਾਈਮ ਨਹੀਂ ਲੱਗਦਾ ਫੋਨ ਕਰਨ ਦਾ? ਅਸਲ ਦੇ ਵਿੱਚ ਮਸਲਾ ਇਹ ਨਹੀਂ ਹੁੰਦਾ, ਅਸਲ ਦੇ ਵਿੱਚ ਮਸਲਾ ਇਹ ਹੁੰਦਾ
ਵੀ ਜਿਹੜੇ ਆਸ਼ਕਾਂ ਨਾਲ ਇਥੋਂ ਸ਼ਰਤਾਂ ਲਾ ਕੇ ਗਈਆਂ ਹੁੰਦੀਆਂ ਨਾ, ਅਸੀਂ ਉੱਥੇ ਜਾ ਕੇ ਤੈਨੂੰ ਬੁਲਾਵਾਂਗੇ ਆ, ਗੱਲ ਅਸਲ ਚ ਉਹਨਾਂ ਨਾਲ ਹੁੰਦੀ ਹੈ। ਜਾਂ ਜਿਹੜੇ ਉੱਥੇ ਫਿਰਦੇ ਨੇ ਨਾ, ਜਿਵੇਂ ਉਹ ਨੀਕਰ ਵਾਲੀ ਖਬਰ ਆਈ ਸੀ ਨਾ ਉਹ ਜੇ, ਤੇ ਜਾਂ ਉਦੋਂ ਉਹਨਾਂ ਨਾਲ ਹੋ ਜਾਂਦੀਆਂ ਗੱਲਾਂ, ਉਦੋਂ ਉਹ ਪਿਆਰੇ ਲੱਗਣ ਲੱਗ ਜਾਂਦੇ ਨੇ। ਉਦੋਂ ਦਾ ਰਿਸ਼ਤਾ ਕੀਤਾ ਹੁੰਦਾ ਮਾਂ ਪਿਓ ਨੇ, ਜਾ ਕੇ ਕੁੜੀ ਵਾਲੇ ਵੇਖਦੇ ਵੀ ਨੀਗੇ ਜਾ ਕੇ ਵੀ ਸਾਡੀ ਕੁੜੀ ਕਿਹੋ ਜਿਹੀ ਹੈ ਤੇ ਮੁੰਡਾ ਕਿਹੋ ਜਿਹਾ। ਉਦੋਂ ਤਾਂ ਇਹ ਵੇਖਦੇ ਆ ਵੀ ਇਹ 40 ਲੱਖ ਰੁਪਇਆ ਲਾਉਂਦਾ। ਮੱਝ ਲਿਜਾਣੀ ਹੋਵੇ ਸਾਣ ਕੋਲੇ 10 ਘਰ ਗਾਹ ਹੁੰਦੇ ਆ ਵੀ ਇਹਨਾਂ ਦਾ ਸਾਣ ਨੀ ਵਧੀਆ, ਇਹਦੀ ਪੂਛ ਨੀ ਲੰਮੀ, ਇਹਦੀ ਵੇਲ ਘੱਟ ਹੈ, ਤੇ ਕੁੜੀ ਦਾ ਰਿਸ਼ਤਾ ਕਰਨ ਵੇਲੇ ਡੱਕ ਦਿਨੇ ਕਰ ਦਿੰਦੇ। ਉਦੋਂ ਆਹੀ ਵੇਖ ਲੈਂਦੇ ਕੱਲਾ ਵੀ ਇਹ 40 ਲੱਖ ਰੁਪਇਆ ਲਾਊਗਾ, ਤੇ ਮੁੜ ਕੇ ਕੁੜੀ ਨੂੰ ਉਹ ਸੋਹਣਾ ਲੱਗਣੋਂ ਹਟ ਜਾਂਦਾ। ਉਦੋਂ ਪੁੱਛਿਆ ਕਰੋ ਆਪਦੀ ਕੁੜੀ ਨੂੰ ਰਿਸ਼ਤਾ ਕਰਨ ਵੇਲੇ, ਵਿਆਹ ਮੁੰਡੇ ਨਾਲ ਜਿਹੜਾ ਰਿਸ਼ਤਾ। ਤੁਸੀਂ ਸੁਣਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਸਵਾਲ ਪੁੱਛੇ ਗਏ ਨੇ ਬੇਅੰਤ ਕੌਰ ਨੂੰ। ਤੁਸੀਂ ਉਹਨਾਂ ਸਵਾਲਾਂ ਦੇ ਨਾਲ ਸਹਿਮਤ ਹੋ ਜਾਂ ਤੁਸੀਂ ਵੀ ਕੁਝ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ।